ਹਾਂਜੀ ਬਾਬੇ, ਕੀ ਹਾਲ ਚਾਲ ਆ? ਅੰਡਵਾਲ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੇ ਬਾਬੇ, ਅੱਜ ਇੱਕ ਨਵੀਂ ਆਈਟਮ ਦੇਖੀ ਆ। ਮੈਂ ਰਾਤ ਨੂੰ ਤਾਂ ਹੀ ਬਲੌਗ ਸਟਾਰਟ ਕਰਨ ਲੱਗ ਗਿਆ ਸੀ। ਮੰਮੀ ਹੋਣੀ ਤਾਂ ਟੀ ਵੀ ਦੇਖਦੀ ਆ ਜੀ, ਅਤੇ ਮੈਂ ਇੱਕ ਆਈਟਮ ਆਈ ਸੀਗੀ ਛੋਟੀ ਜੀ, ਉਹ ਤੁਹਾਨੂੰ ਦਿਖਾਉਣੀ ਆ। ਜਮੀ ਨੇੜਿਓਂ ਦੇਖਿਓ, ਉਹਦੇ ਪੈਰ ਪੂਰ ਸਾਰਾ ਕੁਝ ਦਿਖਾਉਣਾ, ਠੀਕ ਆ। ਇਹ ਦੇਖੋ ਬਾਬੇ, ਇਹ ਚਾਮ ਝਿੜਕ ਜਿਹੜੀ ਹੁੰਦੀ ਹੈ ਨਾ, ਆਪਾਂ ਆਮ ਦੇਖਦੇ ਹਾਂ ਘਰਾਂ ਦੇ ਵਿੱਚ ਉੱਡੀ ਵਿਰਦੀ ਹੁੰਦੀ ਹੈ, ਇਹ ਉਹਦਾ ਜਵਾਕ ਆ ਬਾਬੇ। ਉਹ ਛੋਟਾ ਜਿਹਾ ਆਇਆ ਉੱਡ ਗਈ ਆ, ਪਰ ਇੰਨਾ ਕੁ ਸਾਊ ਹੈ ਜਿਹਨੂੰ ਕਹਿੰਦੇ ਆ ਵੀ ਮੇਰੇ ਨਾਲ ਇਹਦਾ ਪਿਆਰ ਪੈ ਗਿਆ। ਦੇਖੋ ਲੈ, ਬਹੁਤ ਪਿਆਰ ਕਰਦਾ ਮੈਨੂੰ ਇਹ। ਮੈਂ ਇਹਨੂੰ ਮਤਲਬ ਜਾਣੀ ਦੀ ਖੁਸ਼ ਹਾਂ ਰੱਖ ਕੇ ਵੀ ਰੱਖ ਲਈਏ। ਜੇ ਰੋਟੀ ਰੋਟੀ ਖਾਂਦਾ ਹੋਵੇ ਯਾਰ, ਪਤਾ ਨਹੀਂ ਹੁਣ ਇਹਦਾ ਐਂ ਨਹੀਂ ਪਤਾ ਇਹ ਖਾਂਦਾ ਕੀ ਹੈ। ਇੱਧਰੋਂ ਮੂਹਰੋਂ ਮੂਹਰੋਂ ਦਿਖਾਈ ਮਾੜਾ ਜਿਹਾ, ਮੂਹਰੋਂ ਵੀ ਦੇਖੋ, ਐਨ ਦੇਖੋ, ਕੰਨ ਦੇਖੋ ਇਹਦੇ, ਚੂਹੀ ਵਰਗੇ ਨੇ, ਸੋਹਣਾ ਹੀ ਬਹੁਤ ਆ ਯਾਰ। ਉਸ ਕਰਕੇ ਮੈਂ ਬਲੌਗ ਸਟਾਰਟ ਕੀਤਾ ਜੀ। ਮੈਂ ਵੀ ਆਪਣੇ ਓਹੋ ਮੇਰੇ ਪੁੱਤ ਦੇ ਪੈਰ ਥੱਲੇ ਰਹਿ ਗਏ ਸੀ। ਆਹ ਦੇਖੋ ਦੇਖੋ, ਫੋਕਸ ਕਰ ਉੱਤੇ, ਦੇਖੋ ਪੈਰ ਕਿਵੇਂ ਕਹੇ ਜੇ ਨੇ ਉਹ, ਹੈ ਨਾ। ਉੱਡਦਾ ਨਹੀਂ ਪਤੰਦਰ, ਪਤਾ ਨਹੀਂ ਕੀ ਇਹਨੂੰ ਉਹ ਹੋ ਗਿਆ। ਦੇਖੀ ਜਾਓ ਉਹਨਾਂ ਦੀ ਵੀਡੀਓ ਦੇਖੋ। ਤੁਹਾਨੂੰ ਇੱਕ ਨਵਾਂ ਜਾਨਵਰ ਵੀ ਦਿਖਾਤਾ ਜਿਹੜਾ ਆਇਆ ਸੀ, ਅਤੇ ਬਾਕੀ ਉਹ ਖੜਾ ਆਪਣਾ ਕਹਿੰਦਾ ਫੋੜ ਬਲੈਤੀ ਬੱਬੂ ਮਾਨ ਸਾਹਿਬ ਵਾਲਾ, ਇਹ ਉਹੀ ਫੋੜ ਆ ਕਹਿੰਦਾ ਜਿਹਦੇ ਨਾਲ ਲਿੰਮੋ ਦਾ ਟੋਚਨ ਪਾਇਆ ਜੀ। ਕਿਉਂ ਫੋੜ ਦੀ ਚੜ੍ਹਾਈ ਸਦਾ ਹੀ ਰਹਿਣੀ ਆ ਜੱਟੋ, ਜਿਹੜਾ ਮਰਜ਼ੀ ਲੈ ਆਈਏ ਪਰ ਫੋੜ ਤਾਂ ਫੋੜ ਹੈ ਕਿ ਨਹੀਂ। ਉਸ ਕਰਕੇ ਇਹਦੇ 'ਤੇ ਆਪਾਂ ਪੈਸੇ ਲਾ ਰਹੇ ਹਾਂ। ਤੜਕੇ ਮਿਲਦੇ ਹਾਂ, ਕੋਈ ਆਈਟਮ ਕਰਾਂਗੇ ਜ਼ਰੂਰ ਕੋਈ ਹੋਰ, ਹੈ ਨਾ। ਉਹ ਆਪਣਾ ਸੈਟਿੰਗ ਆ ਗਿਆ ਜਿਹੜਾ ਗੁੱਲੇ ਵਾਲਾ, ਤੁਹਾਨੂੰ ਪਿਛਲੇ ਬਲੌਗ 'ਚ ਦੇਖਿਆ ਹੀ ਆ ਤੁਸੀਂ ਨੇ, ਉਹ ਕੰਮ ਆਪਣਾ ਲੋਟ ਆ। ਆਹ ਸਲੰਸਰ ਦੱਸਿਓ ਜਿਹੜਾ ਮੇਰੀ ਪਸੰਦ ਦਾ, ਇਹ ਬੜਾ ਘੈਂਟ ਲੱਗਦਾ, 'ਚ ਸੀਟੀ ਮਾਰਦਾ ਆਉਣ ਵਾਲਾ। ਤੁਹਾਨੂੰ ਮੈਂ ਸੀਟੀ ਮਰਾ ਕੇ ਦਿਖਾਉਣਾ, ਖੜ੍ਹ ਜਾਓ 2 ਮਿੰਟ ਰੁਕ। ਲਓ ਬਾਬੇ, ਇਹ ਉਰੇ ਕੁ ਬਣਾਈ, ਇਹਦੇ ਕੋਲੇ ਆ ਕੇ ਫਿਰ ਬਣਾਈ, ਤੁਹਾਨੂੰ ਸੀਟੀ ਦਿਖਾਉਣਾ ਇਹਦੇ ਕੋਲੇ ਜੇ ਕਿਵੇਂ ਮਾਰਦਾ ਦੇਖਿਓ। ਤੁਹਾਡੇ ਨਾਲ ਸਾਂਝੀ ਕਰ ਦਿੰਦੀ ਆਪਣੇ ਵਾਲੇ ਝੂਠੇ ਵਾਲ ਦੀ, ਝੂਠਾ ਵਾਲ ਹੈ ਕਹਿੰਦੇ। ਜਦੋਂ ਸਵੇਰ ਹੋ ਗਈ, ਮੈਂ ਲਾ ਕੇ ਦੇਖਿਆ ਸੀ ਚੱਲਿਆ ਨਹੀਂ, ਅਤੇ ਮਿਸਤਰੀ ਨੂੰ ਮੈਂ ਕੋਲੇ ਮੈਂ ਜਾ ਕੇ ਆਇਆ ਸੀਗਾ। ਉਹ ਕਹਿੰਦਾ ਵੀ ਜੇ ਤਾਂ ਮੈਂ ਗੂੰ ਗੂੰ ਜੀ ਕਰੀ ਜਾਂਦਾ, ਕਹਿੰਦਾ ਫਿਰ ਐਂ ਕਰ, ਕਹਿੰਦਾ ਪੱਖਾ ਘੁੰਮਾ ਕੇ ਦੇਖ ਲਾ, ਜੇ ਤਾਂ ਚੱਲ ਗਿਆ ਨਹੀਂ ਫਿਰ ਖੋਲ੍ਹ ਕੇ ਮੇਰੇ ਕੋਲ ਤੂੰ ਲੈ, ਅਤੇ ਦੇਖਦੇ ਹਾਂ ਫਿਰ, ਕਹਿੰਦਾ ਬੰਨ ਦਾਂਗੇ। ਅਤੇ ਹੁਣ ਆਪਾਂ ਇਹਨੂੰ ਮੈਂ ਖੋਲ੍ਹਣ ਲੱਗਿਆ, ਖੋਲ੍ਹ ਕੇ ਤਾਂ ਪੱਖਾ ਘੁੰਮਾ ਕੇ ਚਲਾ ਕੇ ਦੇਖਦੇ ਹਾਂ ਜੇ ਚੱਲਿਆ, ਅਤੇ ਬਾਕੀ ਤੁਹਾਨੂੰ ਖੋਲ੍ਹ ਕੇ ਦਿਖਾਉਣਾ ਫਿਰ, ਹੈ ਨਾ। ਜੇ ਤਾਂ ਚੱਲ ਪਿਆ ਤਾਂ ਵੀ ਤੁਹਾਨੂੰ ਦੱਸ ਦੂੰਗਾ, ਜੇ ਨਾ ਚੱਲਿਆ ਫਿਰ ਸਾਰਾ ਖੋਲ੍ਹ ਕੇ ਤੁਹਾਨੂੰ ਦਿਖਾਊਂਗਾ, ਫਿਰ ਆਪਾਂ ਉਹ ਕਰਾਂਗੇ। ਮਿਸਤਰੀ ਕੋਲੇ ਚੱਲਾਂਗੇ ਦੁਪਹਿਰ, ਕੱਲ੍ਹ ਨੂੰ, ਉਹ ਕਹਿੰਦਾ ਕੱਲ੍ਹ ਨੂੰ, ਅੱਜ ਨਾ ਮੋਟਰਾਂ ਕੱਢਦਾ, ਅਤੇ ਕੱਲ੍ਹ ਨੂੰ ਤੁਹਾਨੂੰ ਫਿਰ ਦਿਖਾਵਾਂਗੇ ਇਹਦਾ ਕੀ ਬਣਦਾ ਅਗਲੇ ਵਲੌਗ ਦੇ ਵਿੱਚ। ਅਤੇ ਅੱਜ ਆਪਾਂ ਨੇ ਇੱਕ ਹੋਰ ਕੰਮ ਕਰਕੇ ਸੁਹਾਗਾ ਦੇ ਕੇ ਆਉਣਾ, ਸੁਹਾਗੇ ਨਾਲ ਪਾਣੀ ਛੇਤੀ ਫਿਰ ਜਾਂਦਾ, ਵਾਹਣ ਪੁੱਠੇ ਪਾਸੇ ਨੂੰ ਵਾਹਿਆ ਹੋਇਆ। ਚਲੋ ਠੀਕ ਆ, ਲਓ ਬਾਬੇ ਆਹ ਪੱਟ ਲਿਆ ਸਾਰਾ, ਅਤੇ ਆਹ ਤੁਹਾਨੂੰ ਦਿਖਾਉਣਾ ਮੋਟਰ, ਕਾਲੀ ਹੋ ਗਈ ਯਾਰ ਵਿੱਚੋਂ, ਇਹ ਆਹ ਦੇਖ ਸਕਦੇ ਹੋ ਤੁਸੀਂ, ਇੱਕ ਤਾਂ ਆਹ ਮੱਚ ਗਈ ਕੋਇਲ, ਇੱਕ ਇੱਧਰਲੀ ਮੱਚ ਗਈ। ਇਹ ਹੁਣ ਬੰਨਣੀ ਬੰਨਣੀ ਨਹੀਂ ਆਪਾਂ ਨੂੰ ਆਉਂਦੀ, ਨਹੀਂ ਆਪਾਂ ਬੰਨ ਵੀ ਲੈਂਦੇ ਜੇ ਸਿੱਖੀ ਹੁੰਦੀ ਮਾੜੀ ਮੋਟੀ, ਅਤੇ ਇਹ ਚਲੋ ਅੱਜ ਦੇਖਦੇ ਹਾਂ ਬਣਾ ਲਿਆਉਂਦੇ ਹਾਂ ਕਿਸੇ ਪਾਸਿਓਂ, ਠੀਕ ਨਹੀਂ ਵਧੀਆ ਜ ਵਧੀਆ ਕੁਆਲਿਟੀ 'ਚ ਬਣਾ ਲਿਆਵਾਂਗੇ। ਹੁਣ ਤਾਂ ਐਡੀ ਔਖੀ ਤਾਂ ਹੁੰਦੀ ਨਹੀਂ ਇਹ, ਪਰ ਇਹਦੇ ਆਹ ਨਹੀਂ ਆਪਾਂ ਨੂੰ ਪਤਾ ਵੀ ਕਿੰਨੀਆਂ ਕਿੰਨੀਆਂ ਲਾਈਨਾਂ ਪੈਂਦੀਆਂ ਹੁੰਦੀਆਂ ਨੇ। ਚਲੋ ਬਾਕੀ ਇਹ ਆਪਣਾ
समान सबटा मैं सामभ लिया, ये पाले नट नप्पे सारे एन ओके, तो बाकी हूँ यदा कलू देखा कलू कुलू बन के मिलूगी ये, फिर आके इनू कर देंगे बन देंगे। चलो ठीक है फिर आप हूँ एक सुहागा पग इतने सुहागा मार के आने मोटर से ट्रैक्टर मगर, क्योंकि सुहागे नाल पानी छेती तुर पैंदा यार, बाही एक उल्ट पासे नूं होई उहदे करके पानी नहीं ज़्यादा तुरदा। चलो हूँ कल दे ब्लॉग च बांदा दिखाऊंगा, क्योंकि अज हूँ इनू मैं सारे नूं साफ कर लूँ, कल दे ब्लॉग दे विच थोनू ये मैं बांदा दिखाऊंगा, कल नूं जिद्दें भी आया चलो खोलदा थोनू दिखाया नहीं पर बांदा थोनू दिखाऊंगा जरूर। चलो ठीक है ओके। तो आपां ने हुण दे आंदा बनाउणा कल नूं मिलू कहिंदा शाम नूं, चलो कोई गल नहीं देखदे आं। तो अज अपना करदे आं आपां सुहागा लैके जाने आपां मोटर ते सुहागा फेरदे हुंदा हुण, चलो स्टार्ट करिए। पैर वाली रेत तो हम दिखा दी है ना भी सारी आती है जो चलता सुहागे आ गई थी। मैं ट्रैक्टर घरे खड़ा के आ गया मोटर तेन आ सुहागा तां लाया सी, आ सुहागा लाया हुण मूहरे मूहरे आ देखो और एक तां नहीं लग्या पिया, तो ये तो मूहरे मूहरे तां लाया क्योंकि उल्ट पासे नूं सीगी बाही हुई है ना, तो महा चल सुहागा लग जू फिर छेती पानी फिर जू। वो जिहड़े थल्लड़े खेत ने सीधे पासे नूं बाहे हुए सीगे पर उहदे विच सुहागा मैं तां लाया क्योंकि मैनूं इक रेह मिलिया रूड़ी वाला, तो फिर मैं सोचा भी जे सुहागा दे के पानी पुनी दे के है ना रेह सिटांगे तो उत्ते सुहागा लाना सुखाला हो जूगा, सुहागे नाल खड़े आना सुखाला हो जूगा, क्योंकि पहला मोर बाही च देखा औखा थोड़ा जिहा, तो उकण उहदे ते तां लाया हुण पानी पुनी दे के फिर सिटदे आ उहदे रेह। तो चलो बाकी अपनी एक खत्ती जी तां इधरली उहदे च तां रेह सिटणा नहीं, उह तां बाहुण वाली होगी अज कल नूं वाहदांगे इहनूं, तो ये रेह तो नहीं सीटना बहुत तकड़ी है, ऊँ फसल बथेरी तकड़ी होंगी है। तो चलो बाकी लाइट आ गई देखते अच कि भरती है सुहागा दिते दे खबर अच ने लाए देवे काम न। चलो मिलते हैं फिर घर चल के मैं अपने बहुत किसी की तो बाही तो चलता थोड़ा ट्रैक्टर दिखा दिना भी किमें चलता अपने ये हड़ा हौला फिर चलते अपने मोटर से अपने वो खत्ती बहुत वाली आऊगी एक ने प्यार बनाई इतने बबे पाया हो अपना देख लो पाड़ पाड़ सट्टा तो हूँ सट्टा दे रहे हैं होर ठीक है, जो आप बैठे आराम इन्हें सट्टा दे लैन दो फिर आप अगला बट्टा खिट लिया हल कर ले हल कर ले मूहरों उच्चे बट्टा खिट लिया फिर चलो ओके बाकी मोटर से चल गया। तो बाबे हवा बहुत आ गई मैं खत्ती बहुत आया सीगा वह खत्ती अपनी सुक गई थी तो मीह देने आसार ठीक नहीं, तो इस करके मैं हूँ बड़ा ट्रैक्टर मैं तो लद के आपका वह कर रहा तो हरा लद लिया वह हरा ही लै जाने अज क्योंकि पता की है रखदा मैं मंजा अंदर मंजा मंजा अंदर कर दी है, तो बाकी आज अपना इन्ना क भरे है बाकी रह गया है जो मीह पै गया तो वाला चंगा नहीं कल मोटर चला देंगे सारा भर जू ये और जिते अपन खतरा थी बट का उसे कोई खट कप्पू नहीं पाया रब की कृपा ना वधिया, तो बाकी है ना ठीक है कहड़े हैं तो बाकी लव यू है सारे ब्लॉग में प्यार दया करो जिमें हूँ दिने सारे वीर का धन्यवाद आ, जे कुछ नहीं पता लगता तो
मैसेज करके पुछ लिया करो, व्हाट्सएप नंबर वही है मेरा। तो चलो ठीक है, लव यू। आप पनीरी चर ये पाया थोनों, पनीरी दिखा भी दिना भी अपनी कहोजी होगी, तो कि दस्यो सारे भीर भी वधिया। आपने बीजी सी 12 तरीक न, अज देख लो होगी बाई 10 दिन हो गए पनीरी बीजी न। आप एक दिन छड के दिने, हूँ वाहन छड़िया वे ये छड़ता मैं पानी पनीरी नू, जिहड़े पनीरी बीजी भी उही वाहन छड़िया है। तो आ देख सकते हो, तुम दिखा दिना पनीरी किवें। आ लो आ सुभा बना अपनी पनीरी की, ये जिथे पैर जे ने उत्थे थोड़ी जी नहीं हुई, आपां नूं एड्डी लोड भी नहीं, क्योंकि अपनी वधिया अपने जोगी हो जाती है। मेरे तो बच ही जाती है हर एक साल। तो बाकी सारे भीर दस्यो भी किवें हुई आ। मैं बी भी मैं उन्होंने खन्ने लैके आया नहीं, मैं भुरथ मैं मिले नहीं है, तो कि उतों लैके आना हूं। कुछ सिट्टा बाद दे विच दित्ता सीगा, तो कुछ बाद दे विच फिर बंतता आया, कहिंदा मेरी भी उत्थे बीज नहीं, वह बस भौंक ही उहदियां तूईयां नहीं मराईयां सी, उकने सिट्टा देता सी, वह हुण पता नहीं हुई है कि नहीं नहीं, वह हुण आपां कह नहीं सकते। हूँ तुसीं देखो इह अज रेह पाया, तो इत्थे देख सकदे हो धरती सुक्की पई है, मान लो माड़ी माड़ी गिल्ली है, कितें कितें तां जम्मी सुक्की पई है। तो चलो देखते हैं की बनता, तो आप दस्यो भी किवें दी है पनीरी। आ वाहन नूं पानी छड्डिया वा थोड़ा जिहा रह गया उत्थे, चल जे सुख नाल लाइट चल गई फिर तो वधिया। तो उधर आपने वह करता बाजरे च रेह पाया, ये च पाया बाजरे च रेह पाया। तो चलो अज दे ब्लॉग विच मैं कुछ ज़्यादा दिखा नहीं सकिया, क्योंकि मैं मलेरकोटले गया होया सी किसी कारण करके, कम जरूरी, तो हुणे हुणे ही आया हजे मैं, तो उत्थे मैं बनाया नहीं ब्लॉग। चलो ठीक है, ओके लव यू सारिआं नूं। शाम नूं करते हैं फिर लिआउणा ट्रैक्टर उरे हरा हुरा वढ़ना, होर जे कोई कम वह बाहुणी आपां ने इक खत्ती वह बाह देंगे शाम नूं, जे कल दा मीह ना दस्सिआ होया फिर अज शाम नूं आपां ने वह खत्ती बाह देनी है, मैं भी नहाउणा नहाउणा। तो चलो ठीक है, ओके लव यू। हाँ जी मित्रों, अपनी आह बाहुण वाली सीगी, मान लो ये जमी आ, देखो पूरी बत्त आई पई आ, ये आपां अज बाह रहे हां। तो मैं जदों बाहूंगा ना लंबी वीडियो बाहुंदे दी, उधरों बनाऊगी दलवीर नाले आई हुई आ, तो उहदे ते आ गाने चलदे होणगे, इस करके म्यूजिक ला दूंगा मैं, देख लिओ है ना, चलदा आपणा ट्रैक्टर, तो देखियो भी की परफॉर्मेंस दिंदा हुण। तो बाकी रब चढ़दी कला च रखे सब नूं, तो चलो इन्ना अजे 2 गेड़ी दित्ते ने मैं, तो हुण बाहुणा मैं।